ਲੈ ਵੀ ਦੋਸਤੋ, ਅੱਜ ਦੀ ਵੀਡੀਓ ਬੱਕਰੀਆਂ ਰੱਖਣ ਵਾਲੇ ਵੀਰਾਂ ਵਾਸਤੇ ਨਾ ਬਹੁਤ ਜ਼ਿਆਦਾ ਖਾਸ ਹੈਗੀ, ਕਿਉਂਕਿ ਬਾਈ ਜੀ ਬੱਕਰੀਆਂ ਦੇ ਵਿੱਚ ਨਾ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਥਣਾਂ ਦੀ ਆਉਂਦੀ ਹੈਗੀ, ਉਹਨੂੰ ਪ੍ਰੋਬਲਮ ਨੂੰ ਆਪਾਂ ਕਿਵੇਂ ਰੋਕੀਏ ਅਤੇ ਉਹਨੂੰ ਰੋਕਣ ਵਾਸਤੇ ਕੀ ਦਈਏ, ਉਹ ਬਾਈ ਜੀ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਸੀ ਇੱਕ ਨੁਕਤਾ ਬਾਈ ਜੀ ਬਣਾ ਕੇ ਦਿਖਾਵਾਂਗੇ, ਤੁਸੀਂ ਬਾਈ ਜੀ ਬਸ ਬਣੇ ਰਹੋ ਵੀਡੀਓ ਦੇ ਵਿੱਚ। ਅੰਕਲ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਅੰਕਲ ਜੀ? ਠੀਕ ਹੈ ਜੀ, ਦੱਸੋ ਮਾੜਾ ਜਿਹਾ ਆਪਾਂ ਕੀ ਚੀਜ਼ ਤਿਆਰ ਕਰਨੀ ਅੱਜ ਜੀ? ਇਹ ਪੂਰੀ ਮਿਰਚ। ਠੀਕ ਹੈ ਜੀ, ਪੂਰੀ ਮਿਰਚ ਇਹਦੇ 'ਚ ਆਪਾਂ ਗਰੈਂਡਰ ਕਰ ਲੈਣੀ ਹੈ। ਠੀਕ ਆ, ਜਦੋਂ ਗਰੈਂਡਰ ਹੋ ਗਈ ਉਸ ਤੋਂ ਬਾਅਦ 'ਚ ਇਹਦੇ ਵਿੱਚ ਆ ਗਿਆ ਦੇਸੀ। ਠੀਕ ਹੈ ਜੀ, ਆਹ ਕੀ ਚੀਜ਼ ਹੈ? ਤੀਜੀ ਚੀਜ਼ ਹੈ ਜੀ। ਠੀਕ ਹੈ ਜੀ, ਜਿਹੜੀ ਆਮ ਆਪਾਂ ਵਰਤਦੇ ਹਾਂ। ਠੀਕ ਹੈ ਜੀ, ਕਿਹੜੀ ਪ੍ਰੋਬਲਮ ਤੋਂ ਹੈ ਜੀ, ਕਿਹੜੀ ਕਿਹੜੀ ਪ੍ਰੋਬਲਮ ਦਾ ਹੱਲ ਕਰੂਗੀ ਇਹ? ਥਣਾ ਹੱਥ। ਠੀਕ ਆ, ਥਣਾਂ 'ਚ ਛਿੱਦੀ ਆਉਣ ਲੱਗ ਜਾਂਦੀ ਹੈ ਜਦੋਂ, ਜੇ ਆਪਾਂ ਇਹ ਬੱਕੀ ਨੂੰ ਛੂਣ ਵਾਲੀ ਨੂੰ ਜਾਂ ਸੂਈ ਤੋਂ ਬਾਅਦ ਛੱਜਰਾਂ ਬੱਕੀ ਨੂੰ ਦੇ ਦਈਏ ਬਣਾ ਕੇ, ਅੱਛਾ ਆਹ 100 ਗ੍ਰਾਮ ਮਿਰਚੀ ਇਕੱਲੀ ਇਕੱਲੀ ਬੱਕਰੀ ਨੂੰ ਬਣਾ ਕੇ ਤਿਆਰੀ ਜਾਵੇ 2-2 ਚਮਚੇ, ਇਹ ਥਣਾਂ 'ਚ ਛੇਤੀ ਪ੍ਰੋਬਲਮ ਨਹੀਂ। ਜਿਵੇਂ ਸੋਜੀ ਆ ਜਾਂਦੀ ਆ, ਮੈਲਾ ਪਣ ਜਾ ਦਿਖਾਉਣ ਲੱਗ ਜਾਂਦੀ ਆ ਥਣ ਦੇ ਵਿੱਚ, ਇਹ ਨਾਲੇ ਸਸਤੇ ਸੌਦੇ ਨੇ, ਘਰੇ ਬੰਦਾ ਹਰੇਕ ਬਣਾ। ਸਹੀ ਗੱਲ ਆ, ਕਿਉਂ ਆਹ ਦੋ ਚੀਜ਼ਾਂ ਤਾਂ ਆਮ, ਬੂਰਾ ਚੀਨੀ ਵੀ ਆਮ ਆਪਣੇ ਘਰੇ ਆਪਣੇ ਘਰੇ ਹੁੰਦੀ ਹੈ, ਦੇਸੀ ਘਿਓ ਵੀ ਆਪਣੇ ਘਰੇ ਮਿਲ ਜਾਂਦਾ, ਇੱਕ ਇਕੱਲੀ ਆਹ ਲੈ ਕੇ ਆਉਣੀ ਪੈਂਦੀ ਆ ਪੂਰੀ ਮਿਰਚ। ਪੂਰੀ ਮਿਰਚ ਲੈ ਵੀ, ਕਾਲੀ ਮਿਰਚ ਨਹੀਂ, ਪੂਰੀ ਮਿਰਚ। ਪੂਰੀ ਮਿਰਚ ਆ ਬਾਈ ਜੀ, ਇਹ ਚੀਜ਼ ਮਾੜੀ ਜੀ ਇੱਕ ਵਾਰ ਦੇਖ ਲਓ, ਪੂਰੀ ਮਿਰਚ ਆ, ਇਹ ਇੱਦਾਂ ਦੀ ਹੁੰਦੀ ਹੈ। ਕਿੰਨੀ ਹੋਊਗੀ ਬਾਈ ਇਹ? 100 ਗ੍ਰਾਮ ਹੈ। 100 ਗ੍ਰਾਮ, 100 ਗ੍ਰਾਮ ਇਹ ਹੈਗੀ, ਇਹ ਕਿੰਨਾ ਹੋ ਗਿਆ ਜੀ? ਪਾਈਆ ਪਾਈਆ ਇਹ ਹੋ ਗਿਆ, ਅਤੇ ਉਹ ਕਿੰਨੀ ਹੋ ਗਈ ਚੀਨੀ? ਪਾਈਆ ਉਹ ਹੋ ਗਈ, ਪਾਈਆ ਉਹ ਹੋ ਗਈ। ਉਹ ਤਾਂ ਆਪਾਂ ਨੇ ਘਿਓ ਵਾਰ ਮਿਰਚ ਦਾ ਇੰਨਾ ਕੁ ਦੇਖਣਾ ਵੀ ਉਹਦੀ ਤਰੋਤੀ ਉੱਤੋਂ ਦੀ ਰਹੇ ਜਦੋਂ ਇਹ ਲਾਲ ਹੋ। ਅੱਛਾ, ਇਹ ਗੈਸ 'ਤੇ ਹੁਣ ਆਪਾਂ ਪਾ ਕੇ ਉਹਦੇ ਵਿੱਚ, ਠੀਕ ਆ, ਤੜਕਣੀ ਦੇ ਵਿੱਚ ਪਾ ਕੇ ਇਹਨੂੰ ਉੱਥੇ ਧਰਾਂਗੇ, ਲਾਲ ਕਰਾਂਗੇ ਇਹਨਾਂ ਨੂੰ, ਆ ਘਿਓ ਵਿੱਚ ਛੱਡ ਕੇ, ਘਿਓ ਵਿੱਚ ਛੱਡ ਕੇ। ਠੀਕ ਆ, ਇਹ ਪੀਸਣੀ ਪਊ ਪਹਿਲਾਂ ਹੀ? ਹਾਂ, ਪੀਸਣੀ। ਠੀਕ, ਪੀਸ ਕੇ ਫਿਰ ਇਹਨੂੰ ਵਿੱਚ ਘਿਓ ਪਾ ਕੇ ਉੱਥੇ ਲਾਲ ਕਰ ਲਾਂਗੇ, ਲਾਲ ਕਰ ਲਾਂਗੇ, ਭੁੰਨ ਲਾਂਗੇ ਮਤਲਬ, ਫਿਰ ਇਹਨਾਂ ਨੂੰ ਲਾ ਕੇ ਥੱਲੇ ਧਰ ਲਾਂਗੇ, ਠੰਡੀਆਂ ਹੋਈਆਂ ਤੋਂ ਬਾਅਦ ਫਿਰ ਆ ਪੂਰਾ ਚੀਨੀ ਲਾ ਲਾਂਗੇ। ਠੀਕ ਆ, ਕਰੀ ਆਪਾਂ ਇੱਕ ਤਰ੍ਹਾਂ ਦੀ, ਹਾਂ ਪੰਜੀਰੀ ਹੋ ਜਾਂਦੀ, ਇਹ ਵੀ ਪੰਜੀਰੀ ਆ, ਵੀ ਪੰਜੀਰੀ ਹੋ ਜਾਂਦੀ ਅੱਜ ਵਾਲੀ ਪੰਜੀਰੀ ਬਾਈ ਜੀ, ਦੱਸੋ ਕਮੈਂਟ ਕਰਕੇ, ਕਿਉਂਕਿ ਬਾਈ ਆਪਾਂ ਘਰੇ ਵੀ ਬਣਾ ਕੇ ਆਮ ਚੀਜ਼ਾਂ ਦਿੰਦੇ ਨੇ। ਇੱਕ ਚਮਚਾ ਵੀ ਲਿਆ ਦੇ, ਚਮਚਾ ਵੀ ਲਿਆ ਦਿਓ ਜੀ, ਪੂਰੀ ਮਿਰਚ ਬਾਈ ਜੀ ਰਗੜੀ ਜਾ ਚੁੱਕੀ ਆ, ਦੇਖ ਸਕਦੇ ਹੋ ਗੇ, ਆ ਮਿਰਚ ਹੋ ਗਈ ਤਿਆਰ ਵੀਰੇ ਆਪਣੀ ਜੀ। ਇਹ ਆਪਾਂ ਤੜਕਣੀ 'ਚ ਪਾਤੀ ਇਹਦੇ 'ਚ, ਤੜਕਣੀ, ਹਾਂ ਹੁਣ ਇਹ ਭੁੰਨਣੀ ਆ ਜੀ, ਹਾਂ ਹੁਣ ਇਹਦੇ 'ਚ ਪਾਤਾ ਆਪਾਂ ਨੇ ਦੇਸੀ ਘਿਓ, ਦੇਸੀ ਘਿਓ। ਅੱਧਾ ਘੰਟਾ ਲੱਗ ਜੂ ਮਲਾ ਨਾ, ਅੱਧੇ ਘੰਟੇ ਦਾ ਕੰਮ, 10-15 ਮਿੰਟ, 10-15 ਮਿੰਟ ਦਾ ਹੈ ਨਹੀਂ। ਗੈਸ 'ਤੇ ਚੱਲਦੇ ਆਪਾਂ, ਬਣੇ ਰਹੋ ਵੀਡੀਓ ਦੇ ਵਿੱਚ। ਲੈ ਵੀ ਆਪਾਂ ਹੁਣ ਰੱਖ ਲਿਆ ਇਹ ਜੀ ਸਿਲੰਡਰ ਦੇ ਉੱਤੇ, ਹੈ ਨਾ, ਇਹਨੂੰ ਆਪਾਂ ਕਰਾਂਗੇ ਲਾਲ, ਲਾਲ ਕਰਨਾ ਨਾ ਜੀ ਇਹ, ਲੈ ਵੀ ਦੇਖ ਸਕਦੇ ਹੋ ਕਿ ਪੈ ਗਿਆ ਹੁਣ ਰਿੱਝੇ, ਚੱਲੀ ਜਾਂਦਾ ਇਹ।
ਕਿੰਨਾ ਟਾਈਮ ਲੱਗ ਜੂ ਉਹਨੂੰ ਜੀ? ਲੱਗ ਜਾਣਗੇ 5-4 ਮਿੰਟ 5-4 ਮਿੰਟ 'ਚ ਹੋ ਜਾਣਾ ਜੀ ਇਹ। ਚਿੱਟੀ ਮਿਰਚ ਜੀ ਬਾਈ, ਇਹ ਪੂਰੀ ਮਿਰਚ ਕਿੰਨੀ ਪਾਈ ਸੀ ਆਪਾਂ ਜੀ? ਇਹ 100 ਗ੍ਰਾਮ ਪਾਈ ਆ ਘਿਓ, 100 ਗ੍ਰਾਮ ਭੂਰੀ ਮਿਰਚ, ਅਤੇ 19 ਕੀ ਪਾ ਤਾ ਆਪਾਂ ਚ 150 ਗ੍ਰਾਮ ਮੰਨ ਲਓ ਘਿਓ, 200 ਗ੍ਰਾਮ 200 ਗ੍ਰਾਮ ਘਿਓ ਡੱਬੀ ਲਿਆ ਕੇ, ਹਾਂ 200 ਗ੍ਰਾਮ ਹੀ ਪੈਂਦਾ ਹੈ ਨਾ। ਦੋਨੋਂ ਹੋਣ ਤੋਂ ਤਿਆਰ ਲਓ ਜੀ ਬਾਈ ਜੀ, ਆਹ ਜਿਹੜੀ ਚੀਜ਼ ਆਪਣੀ ਬਣ ਕੇ ਤਿਆਰ ਹੋ ਗਿਆ ਨਾ ਬਾਈ ਜੀ, ਇਹ ਰੰਗ ਇਹੋ ਜਿਹਾ ਹੋਣਾ ਚਾਹੀਦਾ ਜੀ? ਰੰਗ ਮੱਛਾ ਤੇ ਹੁਣ ਜਿਵੇਂ ਲਾਲੀ ਫੜ ਗਿਆ, ਹਾਂ ਜੀ ਹੋ ਗਿਆ, ਬਸ ਨਿਬੜ ਗਿਆ, ਕਰ ਦਿਓ ਬੰਦ। ਹੁਣ ਆਪਾਂ ਹੁਣ ਥੱਲੇ ਲਾ ਕੇ ਠੰਡੀ ਕਰਾਂਗੇ। ਠੀਕ ਹੈ ਜੀ, ਲਿਆਓ ਜੀ ਠੰਡੀ ਕਰਕੇ, ਫਿਰ ਇਹਦੇ 'ਚ ਬੂਰਾ ਚੀਨੀ ਲਾ ਦਿਆਂਗੇ ਆਪਾਂ। ਠੀਕ ਹੈ ਜੀ, ਜਿਵੇਂ ਠੰਡੀ ਕਰ ਲੈਣੀ ਇੱਕ ਵਾਰੀ, ਫਿਰ ਨਹੀਂ ਤਾਂ ਇਹ ਜੰਮ ਜੂ ਆਏ। ਲੈ ਵੀ ਹੁਣ ਕਰ ਲਓ ਠੰਡੀ ਜਮਾ, ਅਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ 'ਚ ਆਪਾਂ ਚੀਨੀ, ਬੂਰਾ ਚੀਨੀ। ਲੈ ਵੀ ਹੁਣ ਐਂਡ ਪੁਆਇੰਟ 'ਤੇ ਆ ਗਿਆ ਆਪਾਂ ਨਾ, ਇਹ ਚੀਜ਼ ਜਿਹੜੀ ਠੰਡੀ ਹੋ ਚੁੱਕੀ, ਅੱਗੇ ਦਿਖਾ ਦੇ ਬਈ ਇੱਧਰ ਮਾੜਾ ਜਿਹਾ ਨਾ, ਦੇਖ ਜਦੋਂ ਇੱਦਾਂ ਦੀ ਹੋ ਗਈ ਬਈ ਠੰਡੀ ਹੋ ਕੇ, ਭੂਰੀ ਮਿਰਚ ਹੈ ਦੇਸੀ ਘਿਓ 'ਚ ਆਪਣੀ ਉਹ ਕਰੀ। ਠੀਕ ਹੈ ਜੀ, ਹੁਣ ਅੱਗੇ ਆਪਾਂ ਨੇ ਇਹਨੂੰ ਕਾੜ੍ਹ ਕੇ ਥੱਲੇ ਲਾ ਲਈ, ਠੰਡੀ ਹੋ ਗਈ, ਹੁਣ ਇਹਦੇ 'ਚ ਬੂਰਾ ਚੀਨੀ ਲਾ ਰਹੇ। ਬੂਰਾ ਚੀਨੀ, ਠੀਕ ਹੈ ਜੀ, ਇਹ ਬੂਰਾ ਚੀਨੀ ਪਾ ਲਈ ਆਪਾਂ। ਇਹ ਕਿੰਨੀ ਸੀ ਇਹ ਜੀ ਬੂਰਾ ਚੀਨੀ? ਪਾਈਆ ਪਾਈਆ ਇਹ ਪਾਈਆ ਬੂਰਾ ਚੀਨੀ ਸੀਗੀ। ਇੱਧਰ ਦਿਖਾ, ਨੀਚੇ ਨੀਚੇ ਇੱਧਰ ਰੱਖ, ਇਹ ਜੰਮ ਜੂ ਹੈ ਨਾ, ਹੋਰ ਵੀ ਉਸ ਤੋਂ ਬਾਅਦ ਜ਼ਿਆਦਾ ਠੰਡਾ ਹੋ ਗਿਆ ਨਹੀਂ ਹਾਂਜੀ, ਹੋਰ ਨਹੀਂ ਜੰਮਦਾ ਹੈਗਾ, ਬਾਹਲਾ ਨਹੀਂ ਇਹਨੂੰ ਜਾਣਿਆ, ਇੱਟ ਮਗੂ ਇਕੱਠੀ ਨਹੀਂ ਹੁੰਦੀ, ਜਿਵੇਂ ਆਪਾਂ ਪੰਜੀਰੀ ਖਾਂਦੇ ਹਾਂਗੇ ਲਾ ਕੇ, ਠੀਕ ਆ ਉਹੀ ਚੀਜ਼ ਬਣ ਜਾਂਦੀ। ਠੀਕ ਆ ਜੀ, ਪੰਜੀਰੀ ਬਣ ਗਈ, ਬੱਕਰੀਆਂ ਜਿਹੜੀਆਂ ਖੁਰਕੀ ਜੀ ਨਹੀਂ ਲੱਗ ਜਾਂਦੀਆਂ ਕਰਨ, ਜਿਵੇਂ ਖਾਊ ਖਾਊ ਜੇ ਕਰੀ ਜਾਂਦੇ ਨੇ, ਹਾਂਜੀ ਇਹ ਉਹ ਚੀਜ਼ ਨੂੰ ਬਹੁਤ ਚੰਗੀ, ਥਣਾਂ ਨੂੰ ਤਾਂ ਚੰਗੀ ਹੋਣੀ ਹੋਣੀ ਹੈ, ਖਾਈਏ ਨਾੜਾਂ ਖਾਤਰ ਆ। ਠੀਕ ਹੈ ਜੀ, ਨਾੜਾਂ ਦੀ ਸਫਾਈ ਹੋਣ ਖਾਤਰ ਆ, ਜਿਵੇਂ ਬੱਕਰੀਆਂ ਨੂੰ ਲੱਗ ਜਾਂਦੀਆਂ ਨੇ ਖੁਰਕੀ ਜੀ ਕਰਨ, ਠੀਕ ਆ ਉਹਦੇ ਖਾਤਰ ਵੀ ਬਹੁਤ ਚੰਗੀ ਆ। ਠੀਕ ਹੈ ਜੀ, ਅਸੀਂ ਹੁਣ ਸਾਰੀ ਅੱਖਾਂ ਨੂੰ ਰਲਾ ਦਿਆਂਗੇ, ਇਹਨੂੰ ਕਿਸੇ ਡੱਬੀ 'ਚ ਜਾਂ ਕਿਸੇ ਭਾਂਡੇ 'ਚ ਪਾ ਕੇ ਰੱਖ ਲਓ। ਠੀਕ ਹੈ ਜੀ, ਬਾਕੀਆਂ ਨੂੰ ਜਾਣੀ ਜੇ ਸਾਰੀਆਂ ਨੂੰ ਆਈ ਜਾਵੇ ਚਮਚਾ ਚਮਚਾ, ਠੀਕ ਆ ਚਾਹੇ ਮਹੀਨੇ 20 ਦਿਨ ਬਾਅਦ ਹੀ ਕਰਕੇ ਦੇ ਦਿਓ ਉਹਨੂੰ, ਥੋੜ੍ਹਾ ਜਿਹਾ ਕਿਲੋ ਕੁ ਸਮਾਨ ਬਣਾ ਲਓ ਇਹਦਾ। ਠੀਕ, ਮਹੀਨੇ ਬਾਅਦ ਦੇ ਦਿਓ ਆਪਾਂ ਇੱਕ ਵਾਰੀ, ਚਾਹੇ ਮਹੀਨੇ ਬਾਅਦ 13 ਦੇ ਦਿਓ ਉਹਨੂੰ, 13 ਦੇ ਦਿਓ। ਹਾਂ ਜੇ ਪ੍ਰੋਬਲਮ ਪਈ ਹੋਈ ਆ ਥਣਾਂ 'ਚ, ਫਿਰ ਉਹਨੂੰ ਜਿਵੇਂ 2 ਚਮਚੇ ਇੰਨਾ ਕੁ ਅੱਜ ਦੇਤਾ, ਇੰਨਾ ਕੁ ਕੱਲ੍ਹ ਨੂੰ ਫੇਰ ਦੇਵੋ, ਲਗਾਤਾਰ ਲਗਾਤਾਰ ਦਿਓ। ਹਾਂ ਜੇ ਆਈ ਹੋਈ ਆ ਪ੍ਰੋਬਲਮ ਤਾਂ, ਹਾਂ ਜੇ ਆਈ ਹੋਈ ਆ ਪ੍ਰੋਬਲਮ, ਉਹਦੇ ਨਾਲ ਜਾਣੀ ਤੁਹਾਨੂੰ ਆਪਦੇ ਆਪ ਆਟੋਮੈਟਿਕ ਪਤਾ ਲੱਗੂ ਵੀ ਹਾਂ ਬਾਕੀ ਨੂੰ ਮੇਰੀ ਨੂੰ ਕਿੰਨਾ ਫਰਕ ਪਏਗਾ। ਸਹੀ ਗੱਲ ਹੈ ਜੀ, 13-2 ਚਮਚੇ ਦੇਣ ਨਾਲ ਤੁਹਾਨੂੰ ਸੁਬਾਹ ਨੂੰ ਦੱਸੂ ਜਾਣੀ ਜੇ ਸ਼ਾਮ ਨੂੰ ਦੇਤਾ ਆਪਾਂ ਨੇ, ਜਾਂ ਇੰਨਾ ਕਿਹਦਾ ਫਰਕ ਪਿਆ। ਠੀਕ ਹੈ ਜੀ, ਇਹੋ ਜਿਹੀ ਚੀਜ਼ ਆ, ਨਾਲੇ ਸਸਤਾ ਸੌਦਾ ਇਹ, ਕੋਈ ਐਡਾ ਜ਼ਿਆਦਾ ਉਹ ਨਹੀਂ ਹੈਗਾ। ਸਹੀ ਗੱਲ, ਅਤੇ ਦੇਸੀ ਘਿਓ ਵੀ ਉਹ ਵੀ ਤਾਕਤ ਵਾਲਾ, ਭੂਰੀ ਮਿਰਚ ਉਹ ਵੀ ਪੂਰੀ ਵਧੀਆ ਹੈਗੀ, ਕੋਈ ਆਏ ਨਹੀਂ ਹੈਗੀ। ਸਹੀ ਗੱਲ ਹੈ, ਬੂਰਾ ਚੀਨੀ ਉਹ ਵੀ ਆਪਣੀ ਉਹ ਵੀ ਵਧੀਆ ਹੈ। ਲੈ ਹੁਣ ਆਪਣਾ ਤਿਆਰ ਹੋ ਚੁੱਕਾ ਵੀ, ਦੇਖ ਲਓ ਪੰਜੀਰੀ ਬਣ ਕੇ ਤਿਆਰ ਆ ਗਈ, ਇੱਦਾਂ ਦੀ ਬਣ ਜਾਓ ਮਿੱਤਰੋ, ਇਹ ਦਿਖਾ ਸਮਾਰ ਕੇ ਬਈ, ਇਸ ਤਰ੍ਹਾਂ ਇਹ ਦੇਣੀ ਇੰਨੀ ਕੀ ਹੁੰਦੀ ਹੈ, ਬਸ ਇੰਨੀ ਇੰਨੀ ਚਮਚਾ ਦੇ ਦਿਆਂ ਦੇ ਹਿਸਾਬ ਨਾਲ, ਜੇ ਭਾਰੀ ਆ ਬੱਕਰੀ ਪੂਰਾ ਵਧੀਆ ਚਮਚਾ ਠੋਕ ਕੇ। ਠੀਕ ਆ, ਦੇਣੀ ਕਿਵੇਂ ਐਂ ਕਰਕੇ ਜਾਂ ਫਿਰ ਚੀਜ਼ 'ਚ ਪਾ ਕੇ? ਨਾ ਨਾ, ਗੱਲੇ 'ਚ ਦੇ, ਗੱਲੇ 'ਚ ਦੇ ਦੀ ਆਪਾਂ। ਠੀਕ ਆ, ਇਹਦੀ ਗੋਲੀ ਜੀ ਬਣ ਜੂ ਮਾੜੀ, ਠੰਡੀ ਹੋਈ ਤਾਂ ਹੋਰ ਵੀ ਹੋਰ ਗੋਲੀ ਬਣ ਜਾਏ, ਇਹੋ ਟਾਈਮ ਗੋਲੀ ਚਾਹੇ ਉਹਦੇ ਮੂੰਹ 'ਚ, ਬਸ ਗੱਲਾਂ ਪੱਟ ਗੱਲੇ 'ਚ, ਮਿੱਠੀ ਆ ਤਾਂ ਐਂ ਨਗਾ ਜੂ ਅੰਦਰ ਤਾਂ। ਲੈ ਵੀ ਮਿੱਤਰੋ, ਕਿਵੇਂ ਲੱਗੀ ਇਹ ਚੀਜ਼ ਸਾਨੂੰ ਕਮੈਂਟ ਜ਼ਰੂਰ ਕਰੋ, ਅਤੇ ਆਪਦੀਆਂ ਬਾਈ ਜੀ
ਬੱਕਰੀ ਨੂੰ ਹਰ ਰੋਜ਼, ਹਰ ਰੋਜ਼ ਇੱਕ ਮਹੀਨੇ ਬਾਅਦ ਜੀ ਪੱਕਾ ਦੱਸੋ ਮਾੜਾ ਇੱਕ ਵਾਰ ਮਹੀਨੇ ਬਾਅਦ ਦੱਬੋ, ਜੇ ਬਾਕੀ ਨੂੰ ਕੋਈ ਪ੍ਰੋਬਲਮ ਆ ਫਿਰ ਤਾਂ ਨਹੀਂ ਦੇਣੀ ਦੇਣੀ, ਇਹ ਤਾਂ ਬਣਾ ਦੇਣੀ ਦੇਣੀ। ਹਾਂਜੀ ਹਾਂਜੀ, ਜੇ ਉਹ ਮਹੀਨੇ 20 ਦਿਨਾਂ ਬਾਅਦ ਇਹ ਚੀਜ਼ ਕਿਲੋ ਕੁ ਬਣਾ ਕੇ ਦਿੱਤੀ ਜਾਵੇ, ਜਾਣੀ ਬਹੁਤ ਵੈਸਟ ਆ, ਛੇਤੀ ਦਾ ਨੁਕਸ ਨਹੀਂ ਪਊਗਾ। ਠੀਕ ਆ, ਲੈ ਵੀ ਨੁਕਤਾ ਕਰ ਲਓ ਨੋਟ, ਅਤੇ ਆਪਦੀਆਂ ਬੱਕਰੀਆਂ ਨੂੰ ਇਹ ਚੀਜ਼ ਮਹੀਨੇ ਮਹੀਨੇ ਬਾਅਦ ਬਾਈ ਜੀ ਜ਼ਰੂਰ ਇੱਕ ਵਾਰ ਦਿੰਦੇ ਰਹੋ ਬਾਈ ਜੀ। ਕਿਵੇਂ ਲੱਗਿਆ ਬਾਈ ਜੀ, ਕਮੈਂਟ ਕਰ ਦਿਓ। ਜਿਹੜੇ ਜਾਣੀ ਸਾਡੇ ਤੋਂ 100-100 ਸਾਲ ਪਿੱਛੇ ਵਾਲੇ ਬੱਕਰੀਆਂ ਵਾਲੇ ਤੇ, ਹਾਂਜੀ ਉਹਨਾਂ ਦਾ ਹੁਣ ਕਿਉਂ, ਮੇਰੀ ਵੀ 53 ਸਾਲ ਦੀ ਉਮਰ, ਹਾਂਜੀ ਅਸੀਂ ਉਹ ਸਿਆਣੇ ਬੰਦਿਆਂ ਤੋਂ ਨੁਕਤੇ ਲਏ ਨੇ, ਤੇ ਜਿਹੜੇ ਉਹ ਵਰਤਦੇ ਤੋਂ ਉਦੋਂ ਤਾਂ ਇੰਨਾ ਟੀਕੇ ਟੱਲਿਆਂ ਦਾ ਇੰਨਾ ਹੁੰਦਾ ਨਹੀਂ ਕਿ, ਹਾਂਜੀ ਹਾਂਜੀ ਉਦੋਂ ਤਾਂ ਇਹ ਦੇਸੀ ਚੀਜ਼ਾਂ, ਦੇਸੀ ਚੀਜ਼ਾਂ ਹੁੰਦੀਆਂ ਜੀ। ਹੁਣ ਉਹ ਦੇਸੀ ਚੀਜ਼ਾਂ ਕਰਕੇ ਹੁਣ ਸਾਡੇ ਹਜੇ ਯਾਦ ਨੇ, ਉਹਨਾਂ ਦਾ ਸਾਡੇ ਮੁੰਡੇ ਦੇ ਕਦੇ ਲੱਗੇ ਦੇ ਕਦੇ, ਹੁਣ ਜੇ ਮੈਂ ਤਿਆਰ ਕਰ ਦੇਣਾ। ਠੀਕ ਹੈ, ਠੀਕ ਹੈ, ਚਲੋ ਠੀਕ ਹੈ ਜੀ, ਠੀਕ ਹੈ ਬਾਈ ਜੀ, ਧੰਨਵਾਦ ਜੀ।